ਕਵੀਸ਼ਰੀ ਜਥੇ ਢਾਡੀ ਜਥੇ ਔਰ ਕੀਰਤਨ ਜਥੇ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਜੀਵਨ ਦੇ ਨਾਲ ਜੁੜੀ ਹੋਈ ਸਾਖੀ ਸੱਚਾ ਸੌਦਾ ਸੁਣਾਉਂਦੇ ਨੇ ਤਾਂ ਉਹ ਇਹੀ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਨੇ ਉਸ ਉਹਨਾਂ ਨੂੰ 20 ਰੁਪਏ ਦੇ ਕੇ ਭੇਜਿਆ ਵਪਾਰ ਕਰਨ ਵਾਸਤੇ ਪਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਮੈਂ ਉਹਨਾਂ ਢਾਡੀ ਜਥਿਆਂ ਨੂੰ ਜਿਨ੍ਹਾਂ ਦੇ ਵਿੱਚ ਸਾਡੇ ਸਤਿਕਾਰਯੋਗ ਭੈਣ ਜੀ ਬੱਦੋਵਾਲ ਵਾਲੀਆਂ ਬੀਬੀਆਂ ਜਿਨ੍ਹਾਂ ਦਾ ਇਹ ਟਰੈਕ ਹੈ ਨਾ ਮਾਰ ਬਾਬਲਾ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 20 ਰੁਪਈਏ ਦੇ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਸੋ ਮੈਂ ਬੇਨਤੀ ਕਰਦਾ ਹਾਂ ਕਿ ਉਹ ਭੁੱਖੇ ਸਾਧੂ ਕੌਣ ਸਨ ਇਹਨਾਂ ਕਵੀਸ਼ਰੀ ਜਥਿਆਂ ਨੂੰ ਢਾਡੀ ਜਥਿਆਂ ਨੂੰ ਦੱਸਣਾ ਚਾਹੀਦਾ ਹੈ ਔਰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਸੋ ਇਤਿਹਾਸ ਦੇ ਵਿੱਚ 1482 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਿਲਾਪ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਹੋਇਆ ਜਦੋਂ ਉਹ ਯਾਤਰਾ 'ਤੇ ਸਨ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਨਾਲ ਸਤਿਗੁਰ ਕਬੀਰ ਮਹਾਰਾਜ ਜੀ ਸਤਿਗੁਰ ਸੈਣ ਜੀ ਸਤਿਗੁਰ ਧੰਨਾ ਜੀ ਸੰਤ ਪੀਪਾ ਜੀ ਔਰ ਗੁਰੂ ਰਵਿਦਾਸ ਮਹਾਰਾਜ ਜੀ ਪੰਜੇ ਮਹਾਂਪੁਰਸ਼ ਨਨਕਾਣਾ ਸਾਹਿਬ ਦੀ ਧਰਤੀ 'ਤੇ ਸਤਸੰਗ ਕੀਰਤਨ ਕਰ ਰਹੇ ਸਨ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਔਰ ਵਿਚਾਰ ਗੋਸ਼ਟੀਆਂ ਹੋਈਆਂ ਔਰ ਉਹ ਜੋ 20 ਰੁਪਈਏ ਸਨ ਜੋ ਵੀ ਪੈਸੇ ਉਹਨਾਂ ਦੇ ਪਿਤਾ ਜੀ ਨੂੰ ਦਿੱਤੇ ਸਨ ਉਹਨਾਂ ਦਾ ਭੋਜਨ ਪ੍ਰਸ਼ਾਦਾ ਲੰਗਰ ਬਣਾ ਕੇ ਔਰ ਸੰਗਤਾਂ ਨੂੰ ਵੀ ਛਕਾਇਆ ਸੀ ਔਰ ਸੰਤਾਂ ਮਹਾਂਪੁਰਸ਼ਾਂ ਨੇ ਵੀ ਛਕਿਆ ਸੀ ਜੋ ਅੱਜ ਤੱਕ ਉਹ ਭੰਡਾਰੇ ਜਿਹੜੇ ਨੇ ਸਤਿਗੁਰਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਲਾਪ 3 ਵਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਹੋਏ। ਦੂਸਰਾ ਮਿਲਾਪ ਸੁਲਤਾਨਪੁਰ ਗੁਰਦੁਆਰਾ ਸੰਤ ਘਾਟ ਔਰ ਤੀਸਰਾ ਮਿਲਾਪ 1521 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਨਾਰਸ ਜਾ ਕੇ ਸਤਿਗੁਰੂ ਕਬੀਰ ਮਹਾਰਾਜ ਜੀ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਔਰ ਮੈਂ ਫਿਰ ਇੱਕ ਵਾਰ ਬੇਨਤੀ ਕਰਦਾ ਹਾਂ ਕਿ ਉਹ ਢਾਡੀ ਜਥੇ ਕਵੀਸ਼ਰੀ ਜਥੇ ਦੱਸਣ ਕਿ ਉਹ ਸੰਤ ਮਹਾਂਪੁਰਸ਼ ਕਿਹੜੇ ਸਨ ਕਿਹੜੇ ਮਹਾਂਪੁਰਸ਼ ਭੁੱਖੇ ਸਨ ਇਹਨਾਂ ਸ਼ਬਦਾਂ ਦੇ ਨਾਲ। ਜੈ ਗੁਰੂ ਦੇਵ ਧੰਨ ਗੁਰਦੇਵ ਜੀ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਦੀਵਾਨ ਸੱਜ ਰਹੇ ਨੇ, ਨਗਰ ਕੀਰਤਨ ਹੋ ਰਹੇ ਨੇ, ਲੇਕਿਨ ਕਵੀਸ਼ਰੀ ਜਥੇ ਢਾਡੀ ਜਥੇ ਔਰ ਕੀਰਤਨ ਜਥੇ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਜੀਵਨ ਦੇ ਨਾਲ ਜੁੜੀ ਹੋਈ ਸਾਖੀ ਸੱਚਾ ਸੌਦਾ ਸੁਣਾਉਂਦੇ ਨੇ ਤਾਂ ਉਹ ਇਹੀ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਨੇ ਉਸ ਉਹਨਾਂ ਨੂੰ 20 ਰੁਪਏ ਦੇ ਕੇ ਭੇਜਿਆ ਵਪਾਰ ਕਰਨ ਵਾਸਤੇ ਪਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਮੈਂ ਉਹਨਾਂ ਢਾਡੀ ਜਥਿਆਂ ਨੂੰ ਜਿਨ੍ਹਾਂ ਦੇ ਵਿੱਚ ਸਾਡੇ ਸਤਿਕਾਰਯੋਗ ਭੈਣ ਜੀ ਬੱਦੋਵਾਲ ਵਾਲੀਆਂ ਬੀਬੀਆਂ ਜਿਨ੍ਹਾਂ ਦਾ ਇਹ ਟਰੈਕ ਹੈ ਨਾ ਮਾਰ ਬਾਬਲਾ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 20 ਰੁਪਈਏ ਦੇ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਸੋ ਮੈਂ ਬੇਨਤੀ ਕਰਦਾ ਹਾਂ ਕਿ ਉਹ ਭੁੱਖੇ ਸਾਧੂ ਕੌਣ ਸਨ ਇਹਨਾਂ ਕਵੀਸ਼ਰੀ ਜਥਿਆਂ ਨੂੰ ਢਾਡੀ ਜਥਿਆਂ ਨੂੰ ਦੱਸਣਾ ਚਾਹੀਦਾ ਹੈ ਔਰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਸੋ ਇਤਿਹਾਸ ਦੇ ਵਿੱਚ 1482 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਿਲਾਪ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਹੋਇਆ ਜਦੋਂ ਉਹ ਯਾਤਰਾ 'ਤੇ ਸਨ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਨਾਲ ਸਤਿਗੁਰ ਕਬੀਰ ਮਹਾਰਾਜ ਜੀ ਸਤਿਗੁਰ ਸੈਣ ਜੀ ਸਤਿਗੁਰ ਧੰਨਾ ਜੀ ਸੰਤ ਪੀਪਾ ਜੀ ਔਰ ਗੁਰੂ ਰਵਿਦਾਸ ਮਹਾਰਾਜ ਜੀ ਪੰਜੇ ਮਹਾਂਪੁਰਸ਼ ਨਨਕਾਣਾ ਸਾਹਿਬ ਦੀ ਧਰਤੀ 'ਤੇ ਸਤਸੰਗ ਕੀਰਤਨ ਕਰ ਰਹੇ ਸਨ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਔਰ ਵਿਚਾਰ ਗੋਸ਼ਟੀਆਂ ਹੋਈਆਂ ਔਰ ਉਹ ਜੋ 20 ਰੁਪਈਏ ਸਨ ਜੋ ਵੀ ਪੈਸੇ ਉਹਨਾਂ ਦੇ ਪਿਤਾ ਜੀ ਨੇ ਦਿੱਤੇ ਸਨ ਉਹਨਾਂ ਦਾ ਭੋਜਨ ਪ੍ਰਸ਼ਾਦਾ ਲੰਗਰ ਬਣਾ ਕੇ ਔਰ ਸੰਗਤਾਂ ਨੂੰ ਵੀ ਛਕਾਇਆ ਸੀ ਔਰ ਸੰਤਾਂ ਮਹਾਂਪੁਰਸ਼ਾਂ ਨੇ ਵੀ ਛਕਿਆ ਸੀ ਜੋ ਅੱਜ ਤੱਕ ਉਹ ਭੰਡਾਰੇ ਜਿਹੜੇ ਨੇ ਸਤਿਗੁਰਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ। ਧੰਨ ਧੰਨ ਸਾਹਿਬ ਕਮਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਲਾਪ 3 ਵਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਹੋਏ। ਦੂਸਰਾ ਮਿਲਾਪ ਸੁਲਤਾਨਪੁਰ ਗੁਰਦੁਆਰਾ ਸੰਤ ਘਾਟ ਔਰ ਤੀਸਰਾ ਮਿਲਾਪ 1521 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਨਾਰਸ ਜਾ ਕੇ ਸਤਿਗੁਰੂ ਕਬੀਰ ਮਹਾਰਾਜ ਜੀ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ।
और मैं फिर एक बार बेनती करता हाँ कि वह ढाडी जथे कवीशरी जथे दसन कि वह संत महापुरश किहड़े सन, किहड़े महापुरश भुखे सन, इन्हां शब्दां दे